ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜੀ ਟੀਮ ਵੱਲੋਂ ਇੰਨਾ ਪਿਆਰ ਦੇਣ ਲਈ ਅਤੇ ਇੰਨਾ ਸਤਿਕਾਰ ਦੇਣ ਲਈ। ਔਰ ਆਪ ਜੀ ਨੇ ਹਰ ਇੱਕ ਵੀਡੀਓ ਨੂੰ ਜ਼ਰੂਰ ਦੇਖਣਾ ਅਤੇ ਜ਼ਰੂਰ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖਣਾ ਜ਼ਰੂਰ ਹੈ। ਔਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਟੀਮ ਦਾ ਨੰਬਰ ਨੋਟ ਕਰ ਸਕਦੇ ਹੋ, 7986497784 ਦੇ ਉੱਪਰ ਤੁਸੀਂ ਆਪਣੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਟੀਮ ਨੂੰ ਬਖਸ਼ਿਸ਼ ਕਰਿਆ ਕਰੋ। ਸਾਨੂੰ ਉਡੀਕ ਰਹਿੰਦੀ ਆ ਆਪ ਜੀ ਦੇ ਸੁਝਾਅ ਦੀ। ਸੋ ਅੱਜ ਦੀ ਜਿਹੜੀ ਵੀਡੀਓ ਹੈ, 52 ਹੁਕਮਾਂ ਦੇ ਵਿੱਚੋਂ ਜੋ ਗੁਰੂ ਪਾਤਸ਼ਾਹ ਨੇ ਨਾਂਦੇੜ ਸਾਹਿਬ ਦੀ ਧਰਤੀ 'ਤੇ ਕੀਤੇ, ਅੱਜ 8ਵੇਂ ਹੁਕਮ ਦੀ ਵਿਚਾਰ ਆਪਾਂ ਕਰਨੀ ਹੈ। ਜੋ ਵਰਤੀਰਾ ਅੱਜ ਵਰਤ ਰਿਹਾ, ਇਹ ਗੁਰੂ ਪਾਤਸ਼ਾਹ ਨੇ ਪਹਿਲਾਂ ਹੀ ਸਾਨੂੰ ਕਹਿ ਦਿੱਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਰਹਿਤ ਵਿੱਚ ਰਹਿੰਦੇ ਹੋਏ ਅੱਜ ਦੀ ਵੀਡੀਓ ਆਪਾਂ ਸਾਂਝੀ ਕਰਾਂਗੇ। ਫਤਿਹ ਬੁਲਾ ਕੇ ਹਾਜ਼ਰੀ ਲਗਵਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪ੍ਰਭ ਕੋ ਮਿਲਵੋ ਚਹੈ, ਖੋਜ ਸ਼ਬਦ ਮੈਂ ਲੇਹੇ। ਇਹ ਬਚਨ ਆਪਾਂ ਪਤਾ ਨਹੀਂ ਕਿੰਨੀ ਕੁ ਵਾਰ ਪੜ੍ਹੇ ਨੇ ਅਤੇ ਕਿੰਨੀ ਕੁ ਵਾਰ ਵਿਚਾਰੇ ਨੇ। ਇਹਨਾਂ ਬਚਨਾਂ ਨਾਲ ਆਪਣੀ ਸਾਂਝ ਜ਼ਰਾ ਪੁਰਾਣੀ ਹੈ। ਗੁਰੂ ਘਰਾਂ ਦੇ ਵਿੱਚ ਇਹ ਸ਼ਬਦ ਆਪਾਂ ਨੂੰ ਆਮ ਸੁਣਨ ਨੂੰ ਮਿਲਦੇ ਨੇ ਅਤੇ ਆਮ ਹੀ ਅਰਦਾਸ ਵਿੱਚ ਆਪਾਂ ਪੜ੍ਹਦੇ ਹਾਂ ਨਾ ਦੋਹਰੇ ਦੇ ਵਿੱਚ। ਅਤੇ 52 ਹੁਕਮਾਂ ਦੇ ਵਿੱਚ ਇਹ ਸ਼ਬਦ ਆਪਾਂ ਨੂੰ ਮਿਲਦਾ ਹੈ। ਕਦੇ 52 ਹੁਕਮ ਗੁਰੂ ਪਾਤਸ਼ਾਹ ਦੇ ਲਿਓ ਅਤੇ ਉਹਨਾਂ ਵਿੱਚੋਂ ਪੜ੍ਹਿਓ। ਜਿਹੜਾ 8ਵਾਂ ਬਚਨ ਹੈ ਨਾ ਗੁਰੂ ਪਾਤਸ਼ਾਹ ਦਾ, ਉਹਦੇ ਵਿੱਚ ਲਿਖਿਆ ਪਾਤਸ਼ਾਹ ਨੇ ਕਿ ਸ਼ਬਦ ਦਾ ਅਭਿਆਸ ਕਰਨਾ ਹੈ। ਅਭਿਆਸ ਦਾ ਮਤਲਬ ਹੁੰਦਾ ਵੀ ਸ਼ਬਦ ਨੂੰ ਪੜ੍ਹਨਾ ਹੈ, ਭਾਵ ਕਿ ਗੁਰਬਾਣੀ ਵੱਲ ਇਸ਼ਾਰਾ ਦਿੱਤਾ ਵੀ ਸਿੱਖੋ ਗੁਰਬਾਣੀ ਪੜ੍ਹਨੀ ਹੈ, ਤੁਸੀਂ ਗੁਰਬਾਣੀ ਦਾ ਸਤਿਕਾਰ ਕਰਨਾ। ਜਿੱਥੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਨਾ ਵੀ ਹੈ, ਸ਼ਬਦ ਦਾ ਅਭਿਆਸ ਕਰਨਾ। ਜੇ ਗੁਰਬਾਣੀ ਦੇ ਵਿੱਚ ਘਾਟ ਲੱਗਦੀ ਹੈ ਨਾ, ਤੁਹਾਨੂੰ ਸ਼ਬਦ ਸਹੀ ਨਹੀਂ ਬੋਲੇ ਜਾਂਦੇ, ਤਾਂ ਉਹਨੂੰ ਸੁਧਾਰਨਾ। ਸ਼ਬਦ ਦੀ ਸੁਧਾਈ ਜ਼ਰੂਰ ਕਰਨੀ ਹੈ ਔਰ ਸ਼ਬਦ ਦਾ ਅਧਿਐਨ ਜ਼ਰੂਰ ਕਰਨਾ। ਗੁਰਬਾਣੀ ਪੜ੍ਹਦੇ ਰਹਿਣਾ, ਇਹ ਨਾ ਹੋਵੇ ਕਿ ਆਪਾਂ ਗੁਰਬਾਣੀ ਤੋਂ ਵਿਸਰ ਜਾਈਏ ਜਾਂ ਗੁਰਬਾਣੀ ਤੋਂ ਆਪਾਂ ਦੂਰ ਹੋ ਜਾਈਏ ਜਾਂ ਗੁਰਬਾਣੀ ਦੇ ਆਪਾਂ ਨੇੜੇ ਹੀ ਨਾ ਜਾਈਏ। ਇੱਦਾਂ ਸਾਡੇ ਵਿੱਚ ਵਿਚਾਰਧਾਰਾ ਜਿਹੜੀ ਹੈ ਬੜੀ ਘੱਟ ਗਈ ਹੈ। ਅੱਜ ਗੁਰੂ ਤੋਂ ਆਪਾਂ ਇੰਨੇ ਕੁ ਦੂਰ ਹੋ ਚੁੱਕੇ ਹਾਂ ਕਿ ਸਾਨੂੰ ਅੱਜ ਗੁਰੂ ਦਾ ਸ਼ਬਦ ਜਾਂ ਗੁਰੂ ਦਾ ਵਚਨ ਜਿਹੜਾ ਹੈ ਉਹ ਚੰਗਾ ਨਹੀਂ ਲੱਗ ਰਿਹਾ। ਮੈਨੂੰ ਮਾਫ਼ ਕਰਿਓ, ਅੱਜ ਇੱਥੋਂ ਤੱਕ ਸਾਡੀ ਸਥਿਤੀ ਡਾਊਨ ਹੋ ਚੁੱਕੀ ਹੈ। ਗੁਰੂ ਪਾਤਸ਼ਾਹ ਨੇ ਕਿਹਾ ਕਿ ਸਿੱਖੋ ਸ਼ਬਦ ਦਾ ਅਭਿਆਸ ਕਰਨਾ, ਜੇ ਚੜ੍ਹਦੀ ਕਲਾ ਵਿੱਚ ਰਹਿਣਾ। ਅੱਜ ਚੜ੍ਹਦੀ ਕਲਾ ਦੀਆਂ ਗੱਲਾਂ 'ਤੇ ਹਰੇਕ ਕਰਦਾ ਹੈ, ਪਰ ਜੇ ਪੁੱਛੀਏ ਤੇਰਾ ਨਿਤਨੇਮ ਕਿੰਨਾ, ਬੰਦੇ ਦੀ ਬੋਲਤੀ ਬੰਦ ਹੋ ਜਾਂਦੀ ਹੈ। ਜੇ ਪੁੱਛੀਏ ਵੀ ਤੇਰਾ ਜਪਜੀ ਸਾਹਿਬ ਵਿੱਚ ਕਿੰਨਾ ਕੁ ਅਭਿਆਸ ਹੈ, ਬੰਦੇ ਦੀ ਬੋਲਤੀ ਬੰਦ ਹੋ ਜਾਂਦੀ ਹੈ। ਜੇ ਪੁੱਛੀਏ ਵੀ ਤੇਰੇ ਕੋਲ ਨਿਤਨੇਮ ਦੀ ਪੂੰਜੀ ਕਿੰਨੀ ਹੈ, ਕਮਾਈ ਕਿੰਨੀ ਹੈ, ਬੰਦੇ ਦੀ ਬੋਲਤੀ ਬੰਦ ਹੋ ਜਾਂਦੀ ਹੈ। ਦੂਜੇ ਨੂੰ ਨੀਵਾਂ ਵਿਖਾਉਣ ਵੱਲ ਇਹ ਤੁਰਿਆ ਰਹਿੰਦਾ ਹੈ। ਦੂਜੇ ਨੂੰ ਪੁੱਛਣ ਦਾ ਚਾਅ ਹੁੰਦਾ ਵੀ ਤੇਰਾ ਨਿਤਨੇਮ ਕਿੰਨਾ, ਜੇ ਆਪ ਨੂੰ ਪੁੱਛ ਲਓ ਫਿਰ ਇਹਦੀ ਬੋਲਤੀ ਬੰਦ ਹੋ ਜਾਂਦੀ ਹੈ, ਫਿਰ ਨਹੀਂ ਜਵਾਬ ਇਹਦੇ ਕੋਲ। ਕਹਿੰਦਾ ਜੀ ਇਹ ਗੁਰਬਾਣੀ ਪੜ੍ਹਦੇ ਨੇ ਜੀ, ਵੀ ਅਸੀਂ ਤਾਂ ਗੁਰਬਾਣੀ ਪੜ੍ਹਦੇ ਹਾਂ, ਤੂੰ ਕਿੰਨੀ ਕੁ ਪੜ੍ਹਦੇ, ਤੂੰ ਆਪਣੀ ਦੱਸ। ਬੰਦਾ ਕਹਿੰਦਾ ਪੰਥ ਦਾ ਰੌਲਾ ਅੱਜ ਹਰ ਇੱਕ ਨੇ ਪਾਇਆ ਹੋਇਆ। ਪੰਥ ਦੀ ਚੜ੍ਹਦੀ ਕਲਾ ਵਾਸਤੇ ਅੱਜ ਹਰ ਕੋਈ ਕਹਿੰਦਾ ਵੀ ਪੰਥ ਦੀ ਚੜ੍ਹਦੀ ਕਲਾ ਨਹੀਂ ਹੋ ਰਹੀ। ਉੱਠੂਗਾ ਜੀ ਕੋਈ ਮਾਈ ਦਾ ਲਾਲ ਵੀ ਆਪਾਂ ਨੂੰ ਮਾਂ ਨੇ ਕੜਾਹ ਖਾਣ ਨੂੰ ਜੰਮਿਆ ਹੈ। ਮਾਈ ਦਾ ਲਾਲ ਕਿੱਥੋਂ ਉੱਠੂਗਾ, ਆਪਣੇ ਵਿੱਚ ਹੀ ਉੱਠੂਗਾ, ਕਿਉਂਕਿ ਆਪਾਂ ਤੇ ਅੱਜ ਦੂਜੇ ਤੇ ਡਿਪੈਂਡਡ ਰਹਿ ਗਏ ਵੀ ਦੂਜਾ ਕਰੂਗਾ ਕੋਈ, ਬਸ ਅਸੀਂ ਤੇ ਦੇਖਾਂਗੇ। ਸਾਡੇ ਕੋਲ ਸ਼ਬਦ ਦਾ ਅਭਿਆਸ ਜਿਹੜਾ ਘੱਟ ਗਿਆ ਹੈ, ਸ਼ਬਦ ਦਾ ਅਭਿਆਸ ਨਹੀਂ ਸਾਡੇ ਕੋਲ ਰਿਹਾ।
ਜੇ ਕੋਈ ਸ਼ਬਦ ਦਾ ਅਭਿਆਸ ਕਰਨਾ ਚਾਹੁੰਦਾ ਹੈ, ਗੁਰਬਾਣੀ ਦੀ ਸੰਥਿਆ ਕਰਨੀ ਚਾਹੁੰਦਾ ਹੈ, ਅੱਜ ਉਹਨੂੰ ਊਣੀ ਅਸੀਂ ਕਰਨ ਦੇ ਰਹੇ। ਮਰਜ਼ਾਦਾ ਐਂ ਕਹਿੰਦੀ ਹੈ ਜੀ, ਮਰਜ਼ਾਦਾ ਵੋ ਕਹਿੰਦੀ ਹੈ ਜੀ, ਆਪਣੇ ਕੋਲ ਹੀ ਮਰਜ਼ਾਦਾ ਘੜ ਕੇ ਬਸ ਇੱਦਾਂ ਪਰਛਾ ਬਣਾ ਲਿਆ ਮਰਜ਼ਾਦਾ ਦਾ, ਜਿਹੜਾ ਕਹਿੰਦਾ ਜਾਂਦੀ ਉਹਦੇ ਢਿੱਡ 'ਚ ਗੱਡ ਦਿੰਦੇ ਨੇ। ਮਰਜ਼ਾਦਾ ਐਂ ਕਹਿੰਦੀ ਹੈ, ਮਰਜ਼ਾਦਾ ਉਹ ਕਹਿੰਦੀ ਹੈ। ਜਿਹੜੀ ਮਰਜ਼ਾਦਾ ਹੈ, ਰਹਿਤ ਮਰਜ਼ਾਦਾ ਰੱਖਣੀ ਜ਼ਰੂਰੀ ਹੈ, ਪਰ ਬੇਬੁਨਿਆਦ ਗੱਲਾਂ ਕਰਕੇ ਮਰਜ਼ਾਦਾ ਦੀਆਂ ਪਹਿਲੀ ਬੰਦੇ 'ਤੇ ਮਰਜ਼ਾਦਾ ਦਾ ਪਰਤਾ ਚਾੜ ਕੇ ਬੰਦੇ ਨੂੰ ਗੁਰੂ ਤੋਂ ਦੂਰ ਕਰ ਦੇਣਾ, ਇਹ ਵੀ ਇੱਕ ਬਹੁਤ ਵੱਡੀ ਗੁਰੂ ਦੀ ਨਿਰਾਦਰੀ ਹੈ। ਕਹਿੰਦੇ ਨੇ ਜਿੰਨੀ ਕਮਾਈ ਕੀਤੀ ਹੋਈ ਹੈ ਨਾ, ਜੇ ਕਿਸੇ ਨੂੰ ਤੋੜ ਦਈਏ ਉਹ ਸਾਰੀ ਖੂਹ ਖਾਤੇ ਪੈ ਜਾਂਦੀ ਹੈ। ਚਾਹੇ ਬੰਦਾ ਜਿੰਨੀਆਂ ਮਰਜ਼ੀ ਸਾਲਾਂ ਦੀਆਂ ਭਗਤੀਆਂ ਕਰਦਾ ਹੋਵੇ, ਉਹ ਸਾਰੀਆਂ ਖੂਹ ਖਾਤੇ ਪੈ ਜਾਂਦੀਆਂ ਨੇ ਜੇ ਬੰਦਾ ਕਿਸੇ ਨੂੰ ਗੁਰੂ ਤੋਂ ਤੋੜ ਦੇਵੇ। ਸਾਡਾ ਜ਼ੋਰ ਅੱਜ ਕਿਉਂ ਲੱਗਿਆ ਹੋਇਆ? ਅਸੀਂ ਪੂਰੀ ਟੀਮ ਇੰਨਾ ਵਰਕ ਕਿਉਂ ਕਰਦੇ ਹਾਂ? ਦਿਨ ਰਾਤ ਦੀ ਸਾਡੀ ਮਿਹਨਤ ਹੈ, ਕਿਸ ਕਰਕੇ ਮਿਹਨਤ ਹੈ? ਨਿਸ਼ਕਾਮ ਸੇਵਾ ਚੱਲ ਰਹੀ ਹੈ। ਹੁਣ ਦੇਖੋ, ਰਿਕਾਰਡਿੰਗ ਹੁੰਦੀ ਹੈ, ਫਿਰ ਵੀਰ ਐਡਿਟ ਕਰਦੇ ਨੇ, ਫਿਰ ਕੁਝ ਵੀਰ ਉਹਨੂੰ ਅਪਲੋਡ ਕਰਦੇ ਨੇ, ਤਾਂ ਤੁਹਾਡੇ ਤੱਕ ਚੀਜ਼ ਸ਼ਿੰਗਰ ਕੇ ਬਣ ਕੇ ਪਹੁੰਚਦੀ ਹੈ। ਕਿੰਨੀ ਮਿਹਨਤ ਲੱਗਦੀ ਹੈ ਉਹਦੇ ਵਿੱਚ! ਜ਼ਰੂਰੀ ਨਹੀਂ ਕਿ ਉਹਦੇ ਵਿੱਚ ਕੁਝ ਮਿੰਟਾਂ ਸਕਿੰਟਾਂ ਦੀ ਕੰਮ ਹੋਵੇ, ਉਹਦੇ ਵਿੱਚ ਕਈ ਦਫ਼ਾ ਘੰਟਿਆਂ ਵੱਧੀ ਸਮਾਂ ਲੱਗ ਜਾਂਦਾ, ਅਤੇ ਉਹ ਘੰਟਿਆਂ ਵੱਧੀ ਸਮਾਂ ਕਿਉਂ ਲੱਗਦਾ? ਕਿਉਂਕਿ ਸੰਗਤ ਨਾਲ ਪਿਆਰ ਹੈ, ਸਾਨੂੰ ਗੁਰੂ ਨਾਲ ਪਿਆਰ ਹੈ, ਤਾਂ ਕਰ ਰਹੇ ਹਾਂ। ਇੱਦਾਂ ਹੁੰਦਾ ਵੀ ਜੇ ਇੱਕ ਵੀ ਬੰਦਾ ਗੁਰੂ ਨਾਲ ਜੁੜ ਗਿਆ, ਹੋ ਸਕਦਾ ਸਾਡੀ ਸੇਵਾ ਸਫਲ ਹੋ ਜਾਏ, ਅਤੇ ਗੁਰੂ ਪਾਤਸ਼ਾਹ ਦੇ ਦਰ 'ਤੇ ਅਸੀਂ ਪ੍ਰਵਾਨ ਹੋ ਜਾਈਏ। ਅਸੀਂ ਗੁਰੂ ਦੇ ਕੂਕਰ ਹਾਂ, ਕੂਕਰ ਅਸੀਂ ਕੋਈ ਵਾਲੇ ਵੱਡੇ ਇਨਸਾਨ ਨਹੀਂ, ਜਾਂ ਅਸੀਂ ਕੋਈ ਬੰਦਗੀ ਵਾਲੇ ਨਹੀਂ, ਅਸੀਂ ਤਾਂ ਉਹਦੇ ਦਰ ਦੇ ਕੂਕਰ ਹਾਂ। ਜੋ ਸੇਵਾ ਮਿਲੀ ਹੋਈ ਹੈ ਉਹ ਅਸੀਂ ਨਿਭਾਉਂਦੇ ਜਾ ਰਹੇ ਹਾਂ। ਇਸੇ ਕਰਕੇ ਮੈਂ ਬੇਨਤੀ ਕਰ ਰਿਹਾ, ਕਿਉਂਕਿ ਸ਼ਬਦ ਦਾ ਅਭਿਆਸ ਕਰਨਾ ਜ਼ਰੂਰੀ ਹੈ, ਜੇ ਕੋਈ ਕਰਨਾ ਚਾਹੁੰਦਾ ਹੈ ਤਾਂ ਇੱਕ ਦੂਸਰੇ ਪਾਸੋਂ ਉਹਨੂੰ ਜ਼ਰੂਰ ਕਰਾਓ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਸਾਤ ਮੰਜਰ ਕੰਚਨ ਕੇ ਉਸਾਰ ਦਾਨ ਕੀਨੇ, ਤੈਸੇ ਇੱਕ ਸਿੱਖ ਕੋ ਪੁੰਨ ਸ਼ਬਦ ਸਿਖਾਏ ਕਾ। ਕਹਿੰਦੇ ਨੇ ਜਿਹੋ ਜਿਹੇ ਸੱਤ ਮੰਦਰ ਬਣਾ ਕੇ ਸਿਉਨੇ ਦੇ ਦਾਨ ਕਰਤੇ, ਜਿਹੋ ਜਿਹਾ ਇੱਕ ਸ਼ਬਦ ਦਾ ਪੁੰਨ ਹੈ ਜਿਹੜਾ ਕਿਸੇ ਨੂੰ ਸਿਖਾ ਦਿੱਤਾ, ਉਹਨਾਂ ਐਡਾ ਵੱਡਾ ਪੁੰਨ ਲੱਗਦਾ ਹੈ। ਸ਼ਬਦ ਦਾ ਅਭਿਆਸ ਕਰਨਾ ਹੈ, ਜੇ ਕੋਈ ਕਰਨਾ ਚਾਹੁੰਦਾ ਤਾਂ ਇੱਕ ਦੂਸਰੇ ਨੂੰ ਕਰਾਓ। ਜੇ ਅੱਜ ਆਪਾਂ ਗੁਰਬਾਣੀ ਪੜ੍ਹ ਰਹੇ ਹਾਂ ਤਾਂ ਦੂਸਰੇ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ। ਜੇ ਅੱਜ ਆਪਾਂ ਗੁਰੂ ਘਰ ਨਾਲ ਜੁੜੇ ਹੋਏ ਹਾਂ ਤਾਂ ਜ਼ਰੂਰੀ ਕੋਸ਼ਿਸ਼ ਕਰੋ ਕਿ ਗੁਆਂਢੀ ਨੂੰ ਵੀ ਜੋੜੀਏ, ਕਿਸੇ ਬੱਚੇ ਨੂੰ ਨਾਲ ਜੋੜ ਦਈਏ। ਹੋ ਸਕਦਾ ਬੱਚੇ ਦੀ ਸੰਗਤ ਹੀ ਬਦਲ ਜਾਏ, ਬੱਚਾ ਗੁਰੂ ਵਾਲਾ ਬਣ ਜਾਏ, ਬੱਚਾ ਮਾੜੀ ਸੰਗਤ ਤੋਂ ਦੂਰ ਹੋ ਕੇ ਵਧੀਆ ਸੰਗਤ ਨੂੰ ਪ੍ਰਵਾਨ ਕਰ ਲਏ, ਸਾਡੀ ਸੇਵਾ ਉੱਥੇ ਬਿਲਕੁਲ ਸਫਲ ਹੈ, ਸਾਡਾ ਜੀਵਨ ਹੀ ਸਫਲ ਹੈ, ਲੋਕ ਸੁਖੀਏ, ਪਰਲੋਕ ਸੁਹੇਲੇ ਨੇ ਉੱਥੇ ਦੇ। ਕਰਕੇ ਵੇਖੋ, ਕਦੇ ਕਰਕੇ ਵੇਖੋ। ਇਹ ਭਵਿੱਖ ਬਾਣੀਆਂ ਹੀ ਨੇ ਜੋ 52 ਬਚਨ ਨੇ ਗੁਰੂ ਪਾਤਸ਼ਾਹ ਦੇ, ਕਿਉਂਕਿ ਇਹ ਪਤਾ ਸੀ ਸਤਿਗੁਰੂ ਨੂੰ ਵੀ ਇੱਦਾਂ ਹੋਣਾ ਹੈ। ਅੱਗੇ ਸਿੱਖਾਂ ਵਿੱਚ ਕਚਿਆਈ ਹੈ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ, ਉੱਥੇ ਗੁਰੂ ਕੁਛ ਨਹੀਂ ਕਰ ਸਕਦਾ ਜੇ ਸਿੱਖ ਦਾ ਜੀਵਨ ਹੀ ਅਧੂਰਾ ਹੈ। ਅੱਜ ਸਾਡੇ ਜੀਵਨ ਅਧੂਰੇ ਹੀ ਨੇ। ਸ਼ਬਦ ਸਤਿਗੁਰੂ ਕਹਿੰਦੇ ਨੇ ਸ਼ਬਦ ਦਾ ਅਭਿਆਸ ਕਰਨਾ ਹੈ, ਕਿਸੇ ਕੋਲ ਸ਼ਬਦ ਦਾ ਅਭਿਆਸ? ਜਿਨ੍ਹਾਂ ਕੋਲ ਹੈ ਉਹ ਬਿਲਕੁਲ ਆਰਾਮ ਨਾਲ ਬੈਠੇ ਨੇ, ਉਹ ਨਹੀਂ ਕਿਸੇ ਨੂੰ ਤੋੜਦੇ, ਉਹ ਸਿਰਫ ਜੋੜਨ 'ਤੇ ਜ਼ੋਰ ਹੈ ਉਹਨਾਂ ਦਾ ਵੀ ਗੁਰੂ ਨਾਲ ਜੁੜ ਜਾਏ, ਗੁਰੂ ਦਾ ਪ੍ਰਚਾਰ ਅਤੇ ਗੁਰੂ ਦੇ ਸੋਹਲੇ ਗਾਉਂਦੇ ਨੇ ਉਹ। ਇਹ ਹੈ ਅਸਲੀ ਜੀਵਨ, ਪਰ ਬਹੁਤਿਆਂ ਦੀ ਗਿਣਤੀ ਹੈ ਜੇ ਅਜਿਹਾਂ ਦੀ ਹੈ। ਮੈਨੂੰ ਤਾਂ ਲਾਭ ਨਹੀਂ ਹੋਇਆ ਜੀ, ਮੈਂ ਨਹੀਂ ਗੁਰੂ ਘਰ ਜਾਂਦਾ। ਲੈ ਜੀ, ਮੈਂ ਤਾਂ ਇੰਨੇ ਦਿਨ ਹਾਜ਼ਰੀ ਭਰੀ ਜੀ, ਉੱਥੇ ਮੈਨੂੰ ਤਾਂ ਲਾਭ ਨਹੀਂ ਹੋਇਆ, ਮੈਂ ਨਹੀਂ ਗੁਰੂ ਘਰ ਜਾਂਦਾ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਦਾਤ ਪਿਆਰੀ ਹੋ ਗਈ, ਦਤਾਰ ਵਿਸਰ ਗਿਆ, ਚੀਜ਼ ਪਿਆਰੀ ਹੈ, ਇਹਨੂੰ ਆਪਣੀ ਚੀਜ਼ ਵਾਸਤੇ ਜਾਂਦਾ। ਜੇ ਤੋਂ ਮਨੋਕਾਮਨਾ ਪੂਰੀ ਹੋ ਗਈ ਬੰਦਾ, ਤਾਂ ਵੀ ਗੁਰੂ ਘਰ ਜਾਣੋਂ ਹਟ ਜਾਂਦਾ।
ਬੰਦਾ ਕਹਿੰਦਾ ਮੇਰੇ 41 ਦਿਨ ਪੂਰੇ ਹੋ ਗਏ, ਮੇਰੇ 21 ਦਿਨ ਪੂਰੇ ਹੋ ਗਏ, ਮੈਂ ਨਹੀਂ ਹੁਣ ਜਾਣਾ। ਜੇ ਨਾ ਪੂਰੀ ਹੋਵੇ ਮਨੋਕਾਮਨਾ, ਬੰਦਾ ਕਹਿੰਦਾ ਮੇਰੀ ਤਾਂ ਗੁਰੂ ਨੇ ਸੁਣੀ ਨਹੀਂ, ਹੁਣ ਮੈਂ ਹੁਣ ਤਾਂ ਵੀ ਨਹੀਂ ਗੁਰੂ ਘਰ ਜਾਣਾ। ਗੁਰੂ ਘਰ ਜਾਂਦੇ ਹੋਏ ਮਾੜੀ ਜਿਹੀ ਠੋਕਰ ਵੱਜੇ, ਬੰਦਾ ਕਹਿੰਦਾ ਜੀ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ। ਮੈਂ ਬੇਨਤੀ ਕਰਦਾ ਹੁੰਦਾ ਕਿ ਸਿੱਖੋ, ਜੇ ਸ਼ਬਦ ਦਾ ਅਭਿਆਸ ਆਪਾਂ ਪੂਰਨ ਰੂਪ ਵਿੱਚ ਕਰ ਲਿਆ ਨਾ, ਫਿਰ ਇਹ ਗੱਲਾਂ ਮਾਇਨੇ ਨਹੀਂ ਰੱਖਦੀਆਂ, ਫਿਰ ਇਹ ਗੱਲਾਂ ਦਾ ਜਿਹੜਾ ਅਰਥ ਹੈ ਨਾ ਪੂਰਾ ਸਮਝ ਪੈ ਜਾਂਦਾ। ਬੇਨਤੀ ਆਪਾਂ ਕਰ ਰਹੇ ਸੀ, ਸਤਿਗੁਰੂ ਕਹਿੰਦੇ ਨੇ ਗੁਰ ਸਿੱਖੋ ਸ਼ਬਦ ਦਾ ਅਭਿਆਸ ਕਰਨਾ, ਕਦੇ ਅੱਠਵਾਂ ਹੁਕਮ ਗੁਰੂ ਪਾਤਸ਼ਾਹ ਦਾ ਪੜ੍ਹਿਆ ਜੇ। ਗੁਰਸਿੱਖਾਂ ਨੇ ਗੁਰਬਾਣੀ ਦਾ ਪਾਠ ਵੀ ਕਰਨਾ ਅਤੇ ਗੁਰਬਾਣੀ ਦੇ ਅਰਥ ਵੀ ਸਮਝਣੇ ਨੇ। ਔਰ ਕਹਿੰਦੇ ਨੇ ਸ਼ਬਦ ਦਾ ਅਭਿਆਸ ਜ਼ਰੂਰੀ ਹੈ। ਅਭਿਆਸ ਕੀ ਹੈ? ਉਹਨੂੰ ਸਮਝਣਾ ਅਤੇ ਜ਼ਿੰਦਗੀ ਵਿੱਚ ਧਾਰਨ ਕਰਨਾ, ਉਹਦੀ ਵਿਆਖਿਆ ਨੂੰ ਪੜ੍ਹਨਾ। ਇਹ ਨਾ ਹੋਵੇ ਪੜ੍ਹ ਪੜ੍ਹ ਗੱਡੀ ਲੱਦੀ ਹੈ, ਇਹ ਨਾ ਹੋਵੇ ਵੀ ਪੜ੍ਹ ਪੜ੍ਹ ਕੇ ਢੇਰ ਲਈ ਜਾਵੇਂ, ਤੂੰ ਕਹੀ ਜਾਵੇਂ ਵੀ ਅੱਜ ਮੈਂ ਇੰਨੇ ਪਾਠ ਕਰਤੇ ਉਹਨੇ ਕਰਤੇ ਅਤੇ ਜੀਵਨ ਵਿੱਚ ਕੋਈ ਬਦਲਾਵ ਨਾ ਕਰੇ ਸਿੱਖਾ। ਕਹਿੰਦੇ ਇਹ ਤਾਂ ਫਿਰ ਗੱਡੇ ਲੱਦਣ ਵਾਲੀ ਗੱਲ ਹੋ ਗਈ, ਇੱਦਾਂ ਨਾ ਕਰੀ। ਜੇ ਤੂੰ ਪੜ੍ਹ ਰਿਹਾ ਨਾ, 11 ਪਾਠ ਕਰ ਰਿਹਾ, 21 ਪਾਠ ਕਰ ਰਿਹਾ, ਜਪਜੀ ਸਾਹਿਬ ਦੇ, ਸੁਖਮਨੀ ਸਾਹਿਬ ਦੇ, ਜਿੰਨੇ ਵੀ ਪਾਠ ਕਰ ਰਿਹਾ, ਕਹਿੰਦੇ ਉਹਦੇ ਵਿੱਚੋਂ ਕੁਝ ਸਿੱਖ ਲਈ, ਕੁਝ ਜੀਵਨ ਨੂੰ ਸੇਧ ਦੇ ਲਈ। ਪ੍ਰਵਾਨ ਹੈ ਤੇਰਾ, ਪ੍ਰਵਾਨ ਹੈ ਤੇਰਾ, ਔਗੁਣ ਛੱਡਦਾ ਜਾ, ਗੁਣਾਂ ਨੂੰ ਧਾਰਨ ਕਰਦਾ ਜਾ। ਕਬੀਰ ਔਗੁਣਾਂ ਕੀ ਬੰਨੈ ਗੰਠੜੀ, ਅੱਜ ਇਹ ਸਾਡਾ ਜਿਹੜਾ ਸੁਭਾਅ ਬਣਿਆ ਹੋਇਆ, ਔਗੁਣਾਂ ਦੀ ਗੰਠੜੀ 'ਤੇ ਬੰਨ ਰਹੇ ਹਾਂ, ਪਰ ਗੁਣਾਂ ਨੂੰ ਮਿਲਾਉਣ ਵਿੱਚ, ਗੁਣਾਂ ਨੂੰ ਧਾਰਨ ਕਰਨ ਵਿੱਚ ਸਾਡੇ ਕੋਲ ਦੇਰੀ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਇੱਥੇ ਗੁਰੂ ਦਾ ਦੋਸ਼ ਨਹੀਂ, ਜੇ ਸਿੱਖ ਹੀ ਸੁਣ ਕੇ ਜੀਵਨ ਵਿੱਚ ਨਾ ਧਾਰਨ ਕਰਨਗੇ। ਹੁਣ ਬੇਨਤੀ ਕਰੂੰਗਾ, ਟੀਚਰ ਦੀ ਡਿਊਟੀ ਹੈ ਪੜ੍ਹਾਉਣ ਦੀ। ਬੱਚਾ ਜੇ ਪੜ੍ਹ ਨਹੀਂ ਰਿਹਾ, ਬੱਚੇ ਨੂੰ ਸਮਝਾਏਗਾ ਟੀਚਰ ਵੀ ਨਹੀਂ ਇੱਦਾਂ ਕਰਨਾ, ਜੇ ਫਿਰ ਵੀ ਨਹੀਂ ਪੜ੍ਹ ਰਿਹਾ, ਉਹਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਬੱਚਾ ਨਹੀਂ ਪੜ੍ਹ ਰਿਹਾ, ਮੈਂ ਬੇਨਤੀ ਕਰਦਾ ਕਿ ਉੱਥੇ ਫਿਰ ਟੀਚਰ ਨੂੰ ਦੋਸ਼ ਦੇਣਾ ਸਾਡੀ ਮੂਰਖਮਤੀ ਹੈ, ਕਿਉਂਕਿ ਘਾਟ ਦੇ ਆਪਣੇ ਬੱਚੇ 'ਚ ਹੈ ਨਾ, ਆਪਣੀ ਸੰਤਾਨ ਦੇ ਵਿੱਚ ਹੈ, ਆਪਣਾ ਬੱਚਾ ਨਹੀਂ ਪੜ੍ਹ ਰਿਹਾ ਅਤੇ ਉੱਥੇ ਟੀਚਰ ਨੂੰ ਆਪਾਂ ਦੋਸ਼ ਦੇਈ ਜਾਈਏ, ਉਹਨੂੰ ਆਪਾਂ ਬਗੈਰ ਗੱਲ ਤੋਂ ਆਪਾਂ ਉਹਦੇ ਕਸੂਰ ਕੱਢੀ ਜਾਈਏ, ਇਹ ਗੱਲ ਠੀਕ ਨਹੀਂ ਹੈ। ਇਸ ਕਰਕੇ ਗੁਰੂ ਦਾ ਅੱਜ ਦੋਸ਼ ਨਹੀਂ ਹੈ, ਗੁਰੂ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ, ਕਿਤੇ ਨਾ ਕਿਤੇ ਦੋਸ਼ ਆਪਣਾ ਹੈ। ਆਪਣੇ ਆਪ ਨੂੰ ਪੜਚੋਲੀਏ, ਆਪਣੇ ਆਪ ਨੂੰ ਵਿਚਾਰੀਏ, ਗੱਲ ਪਤਾ ਲੱਗੂਗੀ, ਗੱਲ ਸਮਝ ਪਊਗੀ। ਮੈਂ ਤਾਂ ਬੇਨਤੀ ਕਰਦਾ ਹੁੰਦਾ, ਸ਼ਬਦ ਦਾ ਅਭਿਆਸ ਗੁੰਮ ਗਿਆ। ਬੰਦਾ ਕਹਿੰਦਾ ਜੀ ਮੈਂ ਨਹੀਂ ਗੁਰਬਾਣੀ ਪੜ੍ਹਨੀ, ਮੈਂ ਸ਼ਬਦ ਦਾ ਅਭਿਆਸ ਕਿਉਂ ਕਰੂੰ ਜੀ, ਮੈਨੂੰ ਕੀ ਮਿਲੂ? ਵੱਡੀ ਗੱਲ ਇਹ ਹੁੰਦੀ ਹੈ, ਮੈਂ ਗੁਰੂ ਘਰ ਜਾ ਕੇ ਕੀ ਕਰਨਾ, ਮੈਨੂੰ ਗੁਰੂ ਘਰ ਕੀ ਮਿਲੂ? ਮੈਂ ਕਹਿੰਦਾ ਹੁੰਦਾ ਘੱਟੋ ਘੱਟ ਕੜਾਹ ਪ੍ਰਸ਼ਾਦ ਤਾਂ ਮਿਲੂਗਾ ਹੀ, ਛਕਣ ਨੂੰ ਜਾ ਤਾਂ ਸਹੀ, ਹੋਰ ਤਾਂ ਬੜਾ ਕੁਝ ਮਿਲਦਾ ਹੈ, ਬਥੇਰਿਆਂ ਨੂੰ ਮਿਲਿਆ, ਤੈਨੂੰ ਵੀ ਮਿਲੂਗਾ, ਜਾ ਕੇ ਵੇਖ ਸਹੀ ਗੁਰੂ ਪਾਤਸ਼ਾਹ ਕਿਵੇਂ ਰਹਿਮਤਾਂ ਵਰਤਾਉਂਦੇ ਨੇ, ਕਿਵੇਂ ਮਿਹਰਾਂ ਦੇ ਮੀਂਹ ਵਰਤਦੇ ਨੇ ਗੁਰੂ ਦੇ ਕੋਲ। ਸਤਿਗੁਰੂ ਸੱਚੇ ਪਾਤਸ਼ਾਹ ਤੇ ਮੇਰਾ ਵਰਤਾ ਰਹੇ ਨੇ, ਕੋਈ ਲੈਣ ਵਾਲਾ ਚਾਹੀਦਾ ਹੈ। ਦੱਤਾਂ ਦਾ ਤਾਂ ਏਕ ਹੈ ਸਭ ਕੋ ਦੇਵਣ ਹਾਰ, ਦਿੰਦੇ ਤੋਟਣ ਆਵਈ ਅਗਣਤ ਭਰੇ ਭੰਡਾਰ। ਉਹ ਦਾਤਾਂ ਦਿੰਦਾ ਨਹੀਂ ਮੁੱਕਦਾ, ਉਹ ਦਾਤਾਂ ਤੇ ਦੇ ਰਿਹਾ, ਦਾਤਾਂ ਵੰਡ ਰਿਹਾ, ਜਾਂ ਦਾਤਾਂ ਲੈਣ ਵਾਲਾ ਚਾਹੀਦਾ ਹੈ, ਜਾਂ ਕਦੇ ਦਾਤਾਂ ਲੈ ਗੁਰੂ ਤੋਂ ਜਾ ਕੇ, ਫਿਰ ਪਤਾ ਲੱਗੂਗਾ ਦਾਤ ਮਿਲਣੀ ਹੈ ਸ਼ਬਦ ਦੇ ਵਿੱਚੋਂ। ਜੋ ਗੁਰ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹੇ। ਬੰਦਾ ਕਹਿੰਦਾ ਗੁਰਬਾਣੀ ਨਾ ਪੜ੍ਹਨੀ ਪਏ, ਬੰਦਾ ਕਹਿੰਦਾ ਮੈਨੂੰ ਕੁਝ ਕਰਨਾ ਨਾ ਪਏ, ਬਸ ਰੱਬ ਦੇ ਦਰਸ਼ਨ ਹੋ ਜਾਣ ਮੈਨੂੰ, ਗੁਰੂ ਪਾਤਸ਼ਾਹ ਐਵੇਂ ਪ੍ਰਗਟ ਹੋ ਜਾਣ ਮੇਰੇ ਮੂਹਰੇ, ਕਹਿ ਦੇਣ ਵੀ ਮੰਗ ਕੀ ਮੰਗਦਾ।
ਮਾਤਾ ਸਾਹਿਬ ਕੌਰ ਜੀ ਆ ਕੇ ਮੈਨੂੰ ਬਾਹੋਂ ਫੜ ਕੇ ਕਹੇ ਵੀ ਪੁੱਤ ਮੰਗ, ਕੀ ਚਾਹੀਦਾ ਤੈਨੂੰ? ਤੈਨੂੰ ਉਹੀ ਮੈਂ ਦੇਵਾਂਗੀ ਪੁੱਤਰਾ, ਦੇਖ ਕੀ ਚਾਹੀਦਾ। ਪਰ ਜੋ ਮਾਂ ਕਹਿੰਦੀ ਹੈ ਉਹਨੂੰ ਸਿੱਖਿਆ ਤੇ ਆਪਾਂ ਮੰਨੀ ਨਹੀਂ। ਜੋ ਧੰਨ ਗੁਰੂ ਕਲੰਗੀਧਰ ਪਾਤਸ਼ਾਹ ਕਹਿੰਦੇ ਨੇ ਉਹ ਤੇ ਆਪਾਂ ਮੰਨਿਆ ਨਹੀਂ। ਅੱਜ ਇਸੇ ਗੱਲ ਪਿੱਛੇ ਸਾਡੀ ਵਾਹ ਵਾਹ ਹੋਈ ਪਈ ਹੈ। ਕਿਉਂ ਹੋਈ ਪਈ ਹੈ? ਪਿੱਛੇ ਨੂੰ ਆਪਾਂ ਜਾ ਰਹੇ ਹਾਂ, ਅੱਗੇ ਨੂੰ ਜਾਣ ਦੀ ਬਜਾਏ, ਸ਼ੁਭ ਗੁਣਾਂ ਨੂੰ ਲੈਣ ਦੀ ਬਜਾਏ ਸਾਡੇ ਵਿੱਚ ਔਗਣ ਆ ਗਏ ਅੱਜ, ਤੇ ਇਹੋ ਹੀ ਗੱਲ ਦੀ ਤੇ ਕਚਿਆਈ ਪੈ ਗਈ, ਤੇ ਇਹੋ ਹੀ ਗੱਲ ਦੀ ਤੇ ਅੱਜ ਸਾਡੇ ਵਿੱਚ ਘਾਟ ਰਹਿ ਗਈ। ਸਤਿਗੁਰੂ ਕੀ ਕਹਿੰਦੇ ਨੇ? ਕਹਿੰਦੇ ਨੇ ਜਿਹੜਾ ਸ਼ਬਦ ਦਾ ਅਭਿਆਸ ਕਰਦਾ ਨਾ, ਸ਼ਬਦ ਦਾ ਅਭਿਆਸ ਕਰਦਾ, ਕਹਿੰਦੇ ਉਹਦੇ ਕੋਲ ਅੰਤਰੀਵ ਗਿਆਨ ਹੁੰਦਾ ਅਤੇ ਦੁਨੀਆ ਦੀ ਸੋਝ ਤਾਂ ਇਹ ਵੀ ਹੁੰਦੀ ਹੈ ਅਤੇ ਉਹਦੇ ਕੋਲ ਸੁਚੇਤਪਣਾ ਵੀ ਹੁੰਦਾ। ਇੱਥੇ ਗੱਲ ਸਿੱਧ ਹੋ ਗਈ ਕਿ ਸਤਿਗੁਰੂ ਕਹਿੰਦੇ ਨੇ ਕਿ ਬੰਦੇ ਨੂੰ ਸੁਚੇਤ ਹੋਣ ਦੀ ਲੋੜ ਹੈ। ਇਹਦਾ ਮਤਲਬ ਗੱਲ ਸਿੱਧ ਹੋ ਗਈ। ਜਾਗਤ ਜੋਤ ਜਪੈ ਨਿਸਬਾਸੁਰ, ਇਹਦਾ ਮਤਲਬ ਵੀ ਬੁਝੀਆਂ ਹੋਈਆਂ ਜੋਤਾਂ ਵੀ ਹੈਗੀਆਂ ਨੇ। ਸਤਿਗੁਰੂ ਕਹਿੰਦੇ ਅੰਦਰ ਜੋਤ ਜਗਾਉਣ ਦੀ ਲੋੜ ਹੈ, ਜੋਤ ਜਗਾਉਣ ਦੀ, ਸ਼ਬਦ ਰੂਪ ਦੀਵੇ ਦੀ ਜੋਤ ਜਗਾ। ਬਾਹਰੋਂ ਤਾਂ ਜੋਤ ਜਗਾਉਣਾ ਹੈ, ਪਰ ਕਹਿੰਦੇ ਹਿਰਦੇ ਰੂਪ ਘਰ ਦੀ ਜੋਤ ਕਿੱਦੇ ਜਗਾਏਗਾ? ਉਹ ਵੀ ਜਗਾ, ਫਿਰ ਕਿਰਪਾ ਹੋਣੀ ਹੈ। ਕਹਿੰਦੇ ਫਿਰ ਤੂੰ ਸ਼ਬਦ ਦਾ ਅਭਿਆਸ ਵੀ ਕਰੇਗਾ, ਗੁਰੂ ਪਾਤਸ਼ਾਹ ਦੀ ਮਰਜ਼ਾਦਾ 'ਤੇ ਵੀ ਚੱਲੇਗਾ, ਗੁਰਬਾਣੀ ਵੀ ਪੜ੍ਹੇਗਾ ਅਤੇ ਗੁਰਬਾਣੀ ਦੇ ਰੂਲ ਵੀ ਫੋਲੋ ਕਰੇਗਾ। ਤੇਰਾ ਜੀਵਨ ਹੀ ਬਦਲ ਜਾਣਾ, ਤੇਰੇ ਜੀਵਨ ਦੀ ਰੂਪ ਰੇਖਾ ਹੀ ਬਦਲ ਜਾਣੀ ਹੈ, ਭਲਿਆ ਜਾਂ ਫਿਰ ਤੈਨੂੰ ਸਾਰੇ ਆਪਣੇ ਦਿਸਣਗੇ, ਤੈਨੂੰ ਗੁਰੂ ਵਾਲੇ ਹੀ ਦਿਸਣਗੇ। ਜੈਹੋ ਜੀ ਸ੍ਰਿਸ਼ਟੀ, ਜਿਹੋ ਜੀ ਦ੍ਰਿਸ਼ਟੀ ਉਹੋ ਜੀ ਸ੍ਰਿਸ਼ਟੀ, ਜਾਂ ਤੈਨੂੰ ਚਾਰੇ ਪਾਸੇ ਗੁਰੂ ਹੀ ਗੁਰੂ ਦਿਸੇਗਾ, ਜਾਂ ਫਿਰ ਗੁਰੂ ਹੀ ਗੁਰੂ ਹੋ ਜਾਣੀ ਹੈ, ਜਾਂ ਤੈਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਅੱਜ ਕਹਿ ਦਿੱਤਾ। ਤਾਂ ਹੀ ਸਤਿਗੁਰੂ ਨੇ ਕਿਹਾ ਕਿ ਪਿਆਰੇ ਉਹ ਸ਼ਬਦ ਦਾ ਅਭਿਆਸ ਕਰਨਾ ਹੈ, ਅਭਿਆਸ ਜ਼ਰੂਰੀ ਹੈ। ਜੇ ਅਭਿਆਸ ਕਰਨਾ ਛੱਡ ਦਈਏ, ਹੁਣ ਦੇਖੋ ਬੱਚਾ ਪੜ੍ਹਦਾ ਹੈ ਕਾਹਦੇ ਵਾਸਤੇ? ਕਿਉਂਕਿ ਉਹਦੀ ਰੀਡਿੰਗ ਹੋ ਚੁੱਕੇ, ਸਬਜੈਕਟ ਚੰਗੀ ਤਰ੍ਹਾਂ ਉਹਦੇ ਧਿਆਨ ਵਿੱਚ ਆ ਜਾਣ, ਪੇਪਰਾਂ ਦੇ ਵਿੱਚ ਫਿਰ ਉਹ ਲਿਖੇਗਾ ਧਿਆਨ ਨਾਲ ਅਤੇ ਚੰਗੇ ਨੰਬਰਾਂ ਨਾਲ ਪਾਸ ਹੋਏਗਾ। ਜੇ ਫੇਲ ਹੋਣਾ, ਫੇਲ ਹੋਣ ਵਾਸਤੇ ਕੁਝ ਵੀ ਕਰਨ ਦੀ ਲੋੜ ਨਹੀਂ। ਅੱਜ ਆਪਾਂ ਕਹਿੰਦੇ ਹਾਂ ਸਕਸੈਸਫੁੱਲ ਜ਼ਿੰਦਗੀ ਤਾਂ ਚਾਹੀਦੀ ਹੈ, ਪਰ ਕੁਝ ਕਰਨਾ ਨਾ ਪਏ, ਕੁਝ ਨਾ ਕਰਨ ਦੇ ਅੱਜ ਕਰੂੰ ਕੱਲ੍ਹ ਕਰੂੰ ਇਹੋ ਹੀ ਸੋਚ ਸੋਚ ਕੇ ਬੰਦਾ ਅੱਜ ਪਿੱਛੇ ਨੂੰ ਬੈਕਵਰਡ ਜਾਈ ਜਾ ਰਿਹਾ, ਗੁਰੂ ਤੋਂ ਟੁੱਟਦਾ ਜਾ ਰਿਹਾ, ਗੁਰੂ ਅੱਗੇ ਨੂੰ ਵਧਾ ਰਿਹਾ, ਇਹ ਪਿੱਛੇ ਨੂੰ ਬਾਂਹ ਛਡਾ ਕੇ ਭੱਜਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ। ਸ਼ਬਦ ਦਾ ਅਭਿਆਸ ਕਰੋ, ਗੁਰਬਾਣੀ ਨੂੰ ਪੜ੍ਹੋ ਵਿਚਾਰੋ, ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਰੋ, ਬ੍ਰਹਮ ਕਵਚ ਬਾਣੀ ਦਾ ਘਰ ਵਿੱਚ ਜਾਪ ਕਰ ਲਓ, ਜੇ ਹੋ ਸਕੇ ਤਾਂ ਉਹ ਬਾਣੀ ਦੀ ਸੁਧਾਈ ਜ਼ਰੂਰ ਕਰ ਲਓ, ਅਭਿਆਸ ਜ਼ਰੂਰ ਕਰੋ, ਫਿਰ ਹੀ ਕਿਰਪਾ ਵਰਤਣੀ ਹੈ, ਫਿਰ ਹੀ ਰਹਿਮਤਾਂ ਵਰਤਣੀਆਂ ਨੇ। ਗੁਰੂ ਪਿਆਰ ਵਾਲਿਓ, ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰੂ ਦੇ ਕੋਲੋਂ ਬਰਕਤਾਂ ਰੂਪ ਦੇ ਵਿੱਚ ਮਿਲਣੀਆਂ ਨੇ। 52 ਹੁਕਮ ਪੜ੍ਹਿਓ, ਕਦੇ ਸ਼ਬਦ ਦਾ ਅਭਿਆਸ ਕਰਨਾ, ਉਹਦਾ ਮਤਲਬ ਇਹੋ ਹੀ ਹੈ ਕਿ ਅਭਿਆਸ ਕਰਕੇ ਉਹਦੇ ਤੋਂ ਕੋਈ ਸੇਧ ਲੈਣੀ ਹੈ, ਜੀਵਨ 'ਚ ਬਦਲਾਵ ਕਰਨਾ, ਤੇਰਾ ਜੀਵਨ ਉੱਚਾ ਅਤੇ ਸੁੱਚਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਕਰਕੇ 5 ਕਕਾਰਾਂ ਦੀ ਜਿਹੜੀ ਸਾਨੂੰ ਰਹਿਤ ਦਿੱਤੀ ਹੈ। ਕਦੀ ਸਮਾਂ ਬਣਿਆ ਤਾਂ ਆਪਾਂ ਫਿਰ ਇਸ ਵਿਸ਼ੇ ਨੂੰ ਖੋਲ੍ਹਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕਰਕੇ ਵੇਖੋ, ਫਿਰ ਬਰਕਤਾਂ ਦਾ ਪਤਾ ਲੱਗਦਾ ਹੈ, ਬਖਸ਼ਿਸ਼ਾਂ ਤੋਂ ਆਪਾਂ ਜਾਣੂ ਹੋਵਾਂਗੇ। ਉਂਝ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਪਿਆਰ ਵਾਲਿਓ, ਕਦੇ ਸਮਝ ਲਿਓ ਜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸ਼ਬਦ ਦਾ ਅਭਿਆਸ ਕਰਦੇ ਰਹਿਣਾ, ਗੁਰਬਾਣੀ ਨਾਲ ਜੁੜੇ ਰਹਿਣਾ, ਘਰ ਵਿੱਚ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ, ਬ੍ਰਹਮ ਕਵਚ ਬਾਣੀ ਦੇ ਜਾਪ ਜ਼ਰੂਰ ਕਰੋ, ਮੂਲ ਮੰਤਰ ਦੇ ਜਾਪ ਜ਼ਰੂਰ ਕਰੋ, ਜੋ ਤੁਹਾਨੂੰ ਸਹੀ ਲੱਗਦਾ ਹੈ ਉਹ ਕਰੋ, ਪਰ ਗੁਰੂ ਨਾਲ ਸੁਰਤ ਜ਼ਰੂਰ ਜੋੜਿਆ ਕਰੋ। 24 ਘੰਟਿਆਂ ਵਿੱਚੋਂ ਕੁਝ ਮਿੰਟ ਗੁਰੂ ਵਾਸਤੇ ਜ਼ਰੂਰ ਕੱਢਿਆ ਕਰੋ, ਜੇ ਬਰਕਤਾਂ ਅਤੇ ਬਖਸ਼ਿਸ਼ਾਂ ਲੈਣੀਆਂ ਨੇ।
ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਕਮੈਂਟ ਕਰਕੇ ਆਪਣਾ ਪਿਆਰ ਟੀਮ ਨੂੰ ਬਖਸ਼ਿਸ਼ ਕਰਿਓ। ਜਿਹੜੇ ਵੀਰ ਭੈਣ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਘੰਟੀ ਨੂੰ ਜ਼ਰੂਰ ਦਬਾ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਬੇਨਤੀਆਂ ਕਰੋ ਜੀ। ਪ੍ਰਵਾਨ ਬੁਲਾਓ, ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।